ਪੰਜਾਬ ਸਰਕਾਰ ਸਾਡੇ ਵੇਰਕਾ ਮਿਲਕ ਪਲਾਂਟਾਂ ਨੂੰ, ਸਾਡੀ MSP ਨੂੰ ਖਾਣ 'ਤੇ ਤੁੱਲੀ ਹੋਈ ਆ, ਦਬਾਉਣ 'ਤੇ ਤੁੱਲੀ ਹੋਈ ਆ। ਇੱਥੇ ਦਿਨੋਂ ਦਿਨ ਜਿਹੜੀਆਂ ਕੋਪਰੇਟ ਘਰਾਣਿਆਂ ਨੂੰ ਜਾਂ ਪ੍ਰਾਈਵੇਟ ਕੰਪਨੀਆਂ ਨੂੰ ਸੱਦੇ ਦਿੱਤੇ ਜਾ ਰਹੇ ਆ, ਇਸੇ ਤਰ੍ਹਾਂ ਸਾਡੇ ਵੇਰਕੇ ਨੂੰ ਦਿਨੋਂ ਦਿਨ ਜਿਹੜਾ ਘਾਟੇ ਦਾ ਸੌਦਾ ਬਣਾਇਆ ਜਾ ਰਿਹਾ ਆ। ਇਹ ਲੋਕਾਂ ਦਾ ਪਲਾਂਟ ਆ, ਇਹ ਦੁੱਧ ਉਤਪਾਦਕਾਂ ਦਾ ਪਲਾਂਟ ਆ। ਅੱਜ ਅਸੀਂ ਵੇਰਕਾ ਡੇਅਰੀ ਕ੍ਰਾਂਤੀਕਾਰੀ ਯੂਨੀਅਨ ਅਤੇ ਸਮੁੱਚੀਆਂ ਭਾਰਤੀ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ ਜਿੰਨੀਆਂ ਵੀ ਸਾਡੀਆਂ ਹੈਗੀਆਂ ਆ, ਦੁੱਧ ਉਤਪਾਦਕਾਂ ਦੇ ਸਹਿਯੋਗ ਦੇ ਨਾਲ ਇੱਥੋਂ ਦੀ ਜਿਹੜੀ ਮੈਨੇਜਮੈਂਟ ਆ ਜਾਂ ਪੰਜਾਬ ਗੌਰਮੈਂਟ ਆ ਜਿਹੜੀ, ਉਹਦੇ ਧੱਕੇ ਦੇ ਖਿਲਾਫ ਜਿਹੜਾ ਇੱਥੇ ਆਪਾਂ ਮੀਟਿੰਗ ਰੱਖੀ ਸੀ, ਜਿਸ ਮੀਟਿੰਗ ਨੇ ਇਹ ਧਰਨੇ ਦਾ ਰੂਪ ਧਾਰਨ ਕਰ ਲਿਆ। ਜਿਹੜਾ ਇਹ ਆਪਣਾ ਘਾਟੇਬੰਦਾ ਸੌਦਾ ਬਣਦਾ ਜਾ ਰਿਹਾ ਹੈ ਵੇਰਕੇ ਦਾ, ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਦੁੱਧ ਉਤਪਾਦਕ ਨੇ ਭਾਵੇਂ ਉਹ ਜਥੇਬੰਦੀਆਂ ਨੇ, ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ MSP ਨੂੰ ਬਚਾਉਣ ਵਾਸਤੇ, ਆਪਣੇ ਵੇਰਕੇ ਨੂੰ ਬਚਾਉਣ ਵਾਸਤੇ ਇੱਕ ਹੋਰ ਜੋ ਇੱਕੋ ਜੋ ਸੁਸਾਇਟੀਆਂ ਅਤੇ ਡੇਅਰੀ ਕਿਸਾਨਾਂ ਦੇ ਨਾਲ ਬਹੁਤ ਵੱਡੇ ਪੱਧਰ 'ਤੇ ਵਿਤਕਰਾ ਕੀਤਾ ਜਾ ਰਿਹਾ ਆ, ਔਰ ਜਿਹੜਾ ਇਹਨਾਂ ਨੂੰ ਬਹੁਤ ਡੋਬਣ ਦੀ ਸਾਜਿਸ਼ ਹੈ, ਕਿਉਂਕਿ ਵਿਤਕਰਾ ਇਹ ਪਹਿਲਾਂ ਇਹ ਸੁਸਾਇਟੀਆਂ ਅਤੇ ਡੇਅਰੀ ਕਿਸਾਨਾਂ ਦੇ ਵਿੱਚ ਪੁਆੜਾ ਪਾ ਕੇ ਇਹਨੂੰ ਵੇਰਕਾ ਮਿਲਕ ਫੈਡ ਨੂੰ ਜਿਹੜਾ ਵਾ ਇਹ ਇੱਕ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੇਰਕਾ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਜਿਹੜਾ ਕੌਲ ਦਿੱਤੀ ਗਈ ਸੀ ਮੀਟਿੰਗ ਦੀ, ਜੋ ਕਿ ਮਿਲਕ ਫੈਡ ਵੱਲੋਂ ਸੁਸਾਇਟੀਆਂ ਅਤੇ ਡੇਅਰੀ ਕਿਸਾਨਾਂ ਦੇ ਨਾਲ ਬਹੁਤ ਵੱਡੇ ਪੱਧਰ 'ਤੇ ਵਿਤਕਰਾ ਕੀਤਾ ਜਾ ਰਿਹਾ ਆ, ਔਰ ਜਿਹੜਾ ਇਹਨਾਂ ਨੂੰ ਬਹੁਤ ਡੋਬਣ ਦੀ ਸਾਜਿਸ਼ ਹੈ, ਕਿਉਂਕਿ ਵਿਤਕਰਾ ਇਹ ਪਹਿਲਾਂ ਇਹ ਸੁਸਾਇਟੀਆਂ ਅਤੇ ਡੇਅਰੀ ਕਿਸਾਨਾਂ ਦੇ ਵਿੱਚ ਪੁਆੜਾ ਪਾ ਕੇ ਇਹਨੂੰ ਵੇਰਕਾ ਮਿਲਕ ਫੈਡ ਨੂੰ ਜਿਹੜਾ ਵਾ ਇਹ ਇੱਕ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੀਆਂ ਨੇ, ਕਿਉਂਕਿ ਸਰਕਾਰਾਂ ਲੰਬੇ ਸਮੇਂ ਤੋਂ ਜਿਹੜਾ ਵਾ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਰਹੀਆਂ ਨੇ। ਜਿਹੜਾ ਪੰਜਾਬ ਦਾ ਇਹ ਇਤਿਹਾਸਕ ਆ, ਜਿਹੜਾ 1973 ਤੋਂ ਚੱਲਦਾ ਆ ਰਿਹਾ ਆ ਮਿਲਕ ਫੈਡ ਅਦਾਰਾ, ਇਹ ਪੰਜਾਬ ਦਾ ਇੱਕ ਆਪਣੇ ਆਪ ਦੇ ਵਿੱਚ ਇਤਿਹਾਸ ਸਮੋਈ ਬੈਠਾ, ਕਿਉਂਕਿ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਮੇਰੇ ਹਿਸਾਬ ਨਾਲ ਸਹਿਕਾਰੀ ਸਭਾ ਜਿਹੜੀ ਆ ਉਹ ਵੇਰਕਾ ਆ। ਇਸੇ ਤਰ੍ਹਾਂ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਟਰੈਕਟਰ ਬਣਿਆ ਸੀ ਸਵਰਾਜ, ਜੋ ਪੰਜਾਬ ਸਰਕਾਰ ਨੇ ਪਲਾਂਟ ਲਾਇਆ ਸੀ, ਸਰਕਾਰਾਂ ਨੇ ਉਹ ਵੀ ਮਹਿੰਦਰਾ ਨੂੰ ਵੇਚਤਾ। ਇਹ ਜਿਹੜਾ ਵੇਰਕਾ ਦੇ ਜਿਹੜੇ ਪਲਾਂਟ ਨੇ, ਇਹ ਜਿਹੜਾ ਵਾ ਇਹ ਸਰਕਾਰਾਂ ਵੇਚਣਾ ਚਾਹੁੰਦੀਆਂ ਨੇ ਅਮੁੱਲ ਦੇ ਕੋਲ ਜਾਂ ਹੋਰ ਕਿਸੇ ਦੂਜੀਆਂ ਵੱਡੀਆਂ ਫਰਮਾਂ ਦੇ ਕੋਲ, ਜਿਸ ਨੂੰ ਵੇਚਣ ਦਾ ਇਹ ਰਾਹ ਪੱਧਰਾ ਕਰ ਰਹੀਆਂ ਨੇ ਸਰਕਾਰਾਂ। ਅਸੀਂ ਸਰਕਾਰਾਂ ਦੇ ਮਨਸੂਬੇ ਜਿਹੜੇ ਆ ਕਿਸੇ ਤਰ੍ਹਾਂ ਵੀ ਸਫਲ ਨਹੀਂ ਹੋਣ ਦੇਵਾਂਗੇ। ਜੇ ਇਹ ਸਰਕਾਰਾਂ ਦੀ ਨੀਂਦ ਨਾ ਜਾਗੀ ਤੇ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ, ਕਿਉਂਕਿ ਇਹਦਾ ਜਿਹੜਾ ਕੰਟਰੋਲ ਅਜੇ ਤੱਕ ਭਗਵੰਤ ਮਾਨ ਸਾਹਿਬ ਨੇ ਖੁਦ ਆਪਣੇ ਕੋਲ ਰੱਖਿਆ ਹੋਇਆ ਕਿ 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਅਜੇ ਤੱਕ ਇੱਕ ਵਾਰੀ ਵੀ ਇਸ ਮਹਿਕਮੇ ਦੇ ਅਫਸਰਾਂ ਨਾਲ ਜਾਂ ਵੱਡੇ ਕਿਸਾਨਾਂ ਦੇ ਨਾਲ ਡੇਅਰੀ ਕਿਸਾਨਾਂ ਦੇ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ। ਇਸ ਤੋਂ ਪਹਿਲਾਂ ਜਿਹੜਾ ਵੀ ਸਹਿਕਾਰਤਾ ਵਿਭਾਗ ਜਿਹੜੇ ਮੰਤਰੀ ਦੇ ਕੋਲ ਹੁੰਦਾ ਸੀ ਉਹ ਮਹਿਕਮੇ ਦੇ ਅਫਸਰਾਂ ਨਾਲ ਮੀਟਿੰਗਾਂ ਵੱਖ ਕਰਦਾ ਸੀ, ਕਿਸਾਨਾਂ ਨਾਲ ਮੀਟਿੰਗਾਂ ਵੱਖ ਕਰਦਾ ਸੀ, ਸਾਰੀਆਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਵੀ ਕੱਢਦੇ ਸੀਗੇ। ਪਰ ਇਹ ਹੁਣ ਜਿਹੜਾ ਵਾ ਹੋਰ ਨਵੀਂ ਕਵਾਇਦ ਚੱਲ ਪਈ ਆ,
ਕਿ ਇਹਨਾਂ ਨੇ ਮੀਟਿੰਗਾਂ ਵੀ ਬੰਦ ਕੀਤੀਆਂ ਤੇ ਕਿਸਾਨਾਂ ਨਾਲ ਵੀ ਸੁਸਾਇਟੀਆਂ ਨਾਲ ਸਾਰਿਆਂ ਨਾਲ ਧੱਕਾ ਹੋ ਰਿਹਾ, ਇਹ ਅਸੀਂ ਕਿਸੇ ਹੱਦ ਤੱਕ ਬਰਦਾਸ਼ਤ ਨਹੀਂ ਕਰਾਂਗੇ। ਜੇ ਸਰਕਾਰ ਨਾ ਸੁਧਰੀ ਤੇ ਅਸੀਂ ਸਖਤ ਕਦਮ ਚੁੱਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਤੀ 5/8/2024 ਨੂੰ ਜਿਸ ਤਰ੍ਹਾਂ ਪੰਜਾਬ ਸਰਕਾਰ ਸਾਡੇ ਵੇਰਕਾ ਮਿਲਕ ਪਲਾਂਟਾਂ ਨੂੰ, ਸਾਡੀ MSP ਨੂੰ ਖਾਣ 'ਤੇ ਤੁੱਲੀ ਹੋਈ ਆ, ਦਬਾਉਣ 'ਤੇ ਤੁੱਲੀ ਹੋਈ ਆ, ਇੱਥੇ ਦਿਨੋਂ ਦਿਨ ਜਿਹੜੀਆਂ ਕੋਪਰੇਟ ਘਰਾਣਿਆਂ ਨੂੰ ਜਾਂ ਪ੍ਰਾਈਵੇਟ ਕੰਪਨੀਆਂ ਨੂੰ ਸੱਦੇ ਦਿੱਤੇ ਜਾ ਰਹੇ ਆ, ਇਸੇ ਤਰ੍ਹਾਂ ਸਾਡੇ ਵੇਰਕੇ ਨੂੰ ਦਿਨੋਂ ਦਿਨ ਜਿਹੜਾ ਘਾਟੇ ਦਾ ਸੌਦਾ ਬਣਾਇਆ ਜਾ ਰਿਹਾ ਆ। ਇਹ ਲੋਕਾਂ ਦਾ ਪਲਾਂਟ ਆ, ਇਹ ਦੁੱਧ ਉਤਪਾਦਕਾਂ ਦਾ ਪਲਾਂਟ ਆ। ਅੱਜ ਅਸੀਂ ਵੇਰਕਾ ਡੇਅਰੀ ਕ੍ਰਾਂਤੀਕਾਰੀ ਯੂਨੀਅਨ ਅਤੇ ਸਮੁੱਚੀਆਂ ਭਾਰਤੀ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ ਜਿੰਨੀਆਂ ਵੀ ਸਾਡੀਆਂ ਹੈਗੀਆਂ ਆ, ਦੁੱਧ ਉਤਪਾਦਕਾਂ ਦੇ ਸਹਿਯੋਗ ਦੇ ਨਾਲ ਇੱਥੋਂ ਦੀ ਜਿਹੜੀ ਮੈਨੇਜਮੈਂਟ ਆ ਜਾਂ ਪੰਜਾਬ ਗੌਰਮੈਂਟ ਆ ਜਿਹੜੀ, ਉਹਦੇ ਧੱਕੇ ਦੇ ਖਿਲਾਫ ਜਿਹੜਾ ਇੱਥੇ ਆਪਾਂ ਮੀਟਿੰਗ ਰੱਖੀ ਸੀ, ਜਿਸ ਮੀਟਿੰਗ ਨੇ ਇਹ ਧਰਨੇ ਦਾ ਰੂਪ ਧਾਰਨ ਕਰ ਲਿਆ, ਕਿਉਂਕਿ ਦਿਨੋਂ ਦਿਨ ਜਿਹੜਾ ਇਹ ਆਪਣਾ ਘਾਟੇਬੰਦਾ ਸੌਦਾ ਬਣਦਾ ਜਾ ਰਿਹਾ ਹੈ ਵੇਰਕੇ ਦਾ। ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਦੁੱਧ ਉਤਪਾਦਕ ਨੇ, ਭਾਵੇਂ ਉਹ ਜਥੇਬੰਦੀਆਂ ਨੇ, ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ MSP ਨੂੰ ਬਚਾਉਣ ਵਾਸਤੇ, ਆਪਣੇ ਵੇਰਕੇ ਨੂੰ ਬਚਾਉਣ ਵਾਸਤੇ ਇੱਕ ਹੋਰ ਜੋ ਇੱਕੋ ਜੋ, ਕਿਉਂਕਿ ਦਿਨੋਂ ਦਿਨ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਇੱਥੇ ਆਪਣਾ ਸ਼ੋਸ਼ਣ ਕਰ ਰਹੀਆਂ ਨੇ, ਆਣ ਕੇ ਇੱਥੇ ਲੋਕਾਂ ਦੇ ਰਗਾਂ 'ਚ ਗੂੜ ਦਿੱਤਾ ਹੋਇਆ ਆ। ਇਸੇ ਤਰ੍ਹਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਆਪਣੀ MSP ਬਚਾਉਣ ਵਾਸਤੇ, ਆਪਣੇ ਵੇਰਕੇ ਦੇ ਪਲਾਂਟਾਂ ਨੂੰ ਬਚਾਉਣ ਵਾਸਤੇ, ਆਪਣੀਆਂ ਸਰਕਾਰੀ ਸਹਿਕਾਰੀ ਸਭਾਵਾਂ ਨੂੰ ਬਚਾਉਣ ਵਾਸਤੇ ਇਹ ਜਿਹੜਾ ਆ ਇਕੱਠੇ ਹੋਣਾ ਪੈਣਾ ਆ, ਇਕੱਠੇ ਹੋ ਕੇ ਇਸ ਮੁਸ਼ਕਲ ਦਾ ਹੱਲ ਲੱਭੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨੀ ਦੇਰ ਤੱਕ ਧਰਨਾ ਚੱਲੇ? ਇਹ ਧਰਨਾ ਜਿਹੜਾ ਆ ਇਹ ਜਿੰਨੇ ਤੱਕ ਜਿਹੜਾ ਸਾਡੀ ਮੈਨੇਜਮੈਂਟ ਗੱਲ ਸੁਣਦੀ ਨਹੀਂ ਹੈ, ਕੋਈ ਹੱਲ ਨਹੀਂ ਲੱਭਦਾ, ਉਹਨੇ ਤੱਕ ਜਿਹੜਾ ਆ ਆਪਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿੱਦਾਂ ਜਿੱਦਾਂ ਉਹ ਸਾਡੇ ਆਗੂ ਸਾਹਿਬਾਨ ਸਾਨੂੰ ਹੁਕਮ ਲਾਉਣਗੇ, ਉਸੇ ਤਰ੍ਹਾਂ ਜਿਹੜੀ ਅਗਲੀ ਰਣਨੀਤੀ ਜਿਹੜੀ ਆ ਉਹ ਲਿਖੀ ਜਾਏਗੀ। ਜੇ ਨਹੀਂ ਮੰਗਾਂ ਮੰਨੀਆਂ ਜਾਂਦੀਆਂ, ਅੱਜ ਇਹ ਇਕੱਲੇ ਗੁਰਦਾਸਪੁਰ 'ਚ ਹੀ ਹੋਇਆ ਆ, ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ 'ਤੇ ਜਿੱਥੇ ਜਿੱਥੇ ਵੇਰਕਾ ਦੇ ਪਲਾਂਟ ਨੇ ਉਹਨਾਂ ਨੂੰ ਘੇਰਿਆ ਜਾਊਗਾ। ਪੰਜਾਬ ਗੌਰਮੈਂਟ ਨੂੰ ਜਿਹੜਾ ਇਹ ਭੰਡ ਮੁੱਖ ਮੰਤਰੀ ਆ ਉਹਨੂੰ ਘੇਰ ਕੇ ਅਸੀਂ ਸਖ਼ਤ ਤੋਂ ਸਖ਼ਤ ਐਕਸ਼ਨ ਲੈ ਕੇ ਲੋਕਾਂ ਦੇ ਸਹਿਯੋਗ ਦੇ ਨਾਲ ਆਪਣੀ MSP ਨੂੰ ਬਚਾਉਣ ਵਾਸਤੇ ਹਰ ਯਤਨ ਕਰਾਂਗੇ ਜੀ। ਧੰਨਵਾਦ ਜੀ। ਪੰਜਾਬ ਸਰਕਾਰ ਸਾਡੇ ਵੇਰਕਾ ਮਿਲਕ ਪਲਾਂਟਾਂ ਨੂੰ, ਸਾਡੀ MSP ਨੂੰ ਖਾਣ 'ਤੇ ਤੁੱਲੀ ਹੋਈ ਆ, ਦਬਾਉਣ 'ਤੇ ਤੁੱਲੀ ਹੋਈ ਆ, ਇੱਥੇ ਦਿਨੋਂ ਦਿਨ ਜਿਹੜੀਆਂ ਕੋਪਰੇਟ ਘਰਾਣਿਆਂ ਨੂੰ ਜਾਂ ਪ੍ਰਾਈਵੇਟ ਕੰਪਨੀਆਂ ਨੂੰ ਸੱਦੇ ਦਿੱਤੇ ਜਾ ਰਹੇ ਆ, ਇਸੇ ਤਰ੍ਹਾਂ ਸਾਡੇ ਵੇਰਕੇ ਨੂੰ ਦਿਨੋਂ ਦਿਨ ਜਿਹੜਾ ਘਾਟੇ ਦਾ ਸੌਦਾ ਬਣਾਇਆ ਜਾ ਰਿਹਾ ਆ। ਇਹ ਲੋਕਾਂ ਦਾ ਪਲਾਂਟ ਆ, ਇਹ ਦੁੱਧ ਉਤਪਾਦਕਾਂ ਦਾ ਪਲਾਂਟ ਆ। ਅੱਜ ਅਸੀਂ ਵੇਰਕਾ ਡੇਅਰੀ ਕ੍ਰਾਂਤੀਕਾਰੀ ਯੂਨੀਅਨ ਅਤੇ ਸਮੁੱਚੀਆਂ ਭਾਰਤੀ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ ਜਿੰਨੀਆਂ ਵੀ ਸਾਡੀਆਂ ਹੈਗੀਆਂ ਆ, ਦੁੱਧ ਉਤਪਾਦਕਾਂ ਦੇ ਸਹਿਯੋਗ ਦੇ ਨਾਲ ਇੱਥੋਂ ਦੀ ਜਿਹੜੀ ਮੈਨੇਜਮੈਂਟ ਆ ਜਾਂ ਪੰਜਾਬ ਗੌਰਮੈਂਟ ਆ ਜਿਹੜੀ, ਉਹਦੇ ਧੱਕੇ ਦੇ ਖਿਲਾਫ ਜਿਹੜਾ ਇੱਥੇ ਆਪਾਂ ਮੀਟਿੰਗ ਰੱਖੀ ਸੀ, ਜਿਸ ਮੀਟਿੰਗ ਨੇ ਇਹ ਧਰਨੇ ਦਾ ਰੂਪ ਧਾਰਨ ਕਰ ਲਿਆ। ਜਿਹੜਾ ਇਹ ਆਪਣਾ ਘਾਟੇਬੰਦਾ ਸੌਦਾ ਬਣਦਾ ਜਾ ਰਿਹਾ ਹੈ ਵੇਰਕੇ ਦਾ। ਇਸ ਕਰਕੇ ਅਸੀਂ ਪੂਰੇ ਪੰਜਾਬ ਦੇ
ਜਿੰਨੇ ਵੀ ਦੁੱਧ ਉਤਪਾਦਕ ਨੇ ਭਾਵੇਂ ਉਹ ਜਥੇਬੰਦੀਆਂ ਨੇ, ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ MSP ਨੂੰ ਬਚਾਉਣ ਵਾਸਤੇ, ਆਪਣੇ ਵੇਰਕੇ ਨੂੰ ਬਚਾਉਣ ਵਾਸਤੇ ਇੱਕ ਹੋਰ ਜੋ ਇੱਕੋ ਜੋ। ਸੁਸਾਇਟੀਆਂ ਅਤੇ ਡੇਅਰੀ ਕਿਸਾਨਾਂ ਦੇ ਨਾਲ ਬਹੁਤ ਵੱਡੇ ਪੱਧਰ 'ਤੇ ਵਿਤਕਰਾ ਕੀਤਾ ਜਾ ਰਿਹਾ ਆ, ਔਰ ਜਿਹੜਾ ਇਹਨਾਂ ਨੂੰ ਬਹੁਤ ਡੋਬਣ ਦੀ ਸਾਜਿਸ਼ ਹੈ, ਕਿਉਂਕਿ ਵਿਤਕਰਾ ਇਹ ਪਹਿਲਾਂ ਇਹ ਸੁਸਾਇਟੀਆਂ ਅਤੇ ਡੇਅਰੀ ਕਿਸਾਨਾਂ ਦੇ ਵਿੱਚ ਪੁਆੜਾ ਪਾ ਕੇ ਇਹਨੂੰ ਵੇਰਕਾ ਮਿਲਕ ਫੈਡ ਨੂੰ ਜਿਹੜਾ ਵਾ ਇਹ ਇੱਕ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੀਆਂ ਨੇ।